भेजो भेजो टिक्के भेजो इतो बन इतो तनी बन दे आ सेंटर वाली ਜੇ ਸਤਿਗੁਰ ਨਜ਼ਰ ਕਰੇ ਤਿੰਨਾਂ ਪਵਿੱਤਰ ਮਹਾਂਪਾਤਸ਼ਾਹਾਂ ਅਨੁਸਾਰ ਕੀਰੇ ਦਾ ਕਰਦੇ ਸ਼ਰਧਾਲੂ ਸੇਵਕ ਸਰਦਾਰ ਗੁਰਮੇਲ ਸਿੰਘ ਜਿਨ੍ਹਾਂ ਦੇ ਸਪੁੱਤਰ ਸਰਦਾਰ ਬਲਵੀਰ ਸਿੰਘ ਜੀ ਪਾਤਸ਼ਾਹ ਜੀ ਉਹਨਾਂ ਘਰ ਪਤਨੀ ਬੀਬੀ ਗੁਰਬਖਸ਼ ਕੌਰ ਜਿਨ੍ਹਾਂ ਦੇ ਸਾਰੇ ਪਰਿਵਾਰ ਨੂੰ ਮਿਲ ਕਰਕੇ ਗੁਰੂ ਜੀ ਧੰਨਵਾਦ ਆਪਣੀ ਸਪੁੱਤਰੀ ਕਾਕੀ ਗੁਰਪ੍ਰੀਤ ਕੌਰ ਦੇ ਇਹਨਾਂ ਦੇ ਦੋਹਾਂ ਦੇ ਪੁੱਤਰ ਨੂੰ ਮੁੱਖ ਰੱਖਦੇ ਹੋਏ ਆਪਣੇ ਕਾਰਜਾਂ ਨੂੰ ਸਹਿਲੇ ਕਰਨ ਦੇ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਪਰਸ ਕਰਕੇ ਤੁਰਕੀ ਦੁਆਰਾ ਮਨਾਈ ਪਏ ਸਗਲੀ ਚਰਨ ਬਤਾਏ ਜੀ ਜਾਂ ਦੇ ਪੁੱਤਰ ਸ੍ਰੀ ਸੁੱਖ ਸੁੱਖ ਨੂੰ ਸਾਡੇ ਜਵਾਬ ਪਰਿਵਾਰ ਦੇ ਵਾਸਤੇ ਆ ਕੇ ਸਮਾਰੇ ਆਪਣੇ ਗ੍ਰਹਿ ਨੂੰ ਸੱਚੇ ਪਾਤਸ਼ਾਹ ਜਾਣ ਵਾਸਤੇ ਹਾਜ਼ਰ ਹੋਏ ਹਨ ਦੀ ਕਿਰਪਾ ਕਰੋ ਆਪ ਜੀ ਦੇ ਤਿਆਰੀ ਕੀਤੇ ਗਏ ਰਸਤੇ ਵਿੱਚ ਉਹਨਾਂ ਨੂੰ ਭਗਵਾਨ ਦੀ ਖਿਮਾ ਬਖਸ਼ੇ ਕਰਨ ਚਾਹੁੰਦੇ ਸੀ ਆਪ ਨੇ ਮੇਰਾ ਤਿਆਰ ਰੱਖਣਾ ਅਨੁਸਾਰ ਸਫਾਈ ਹੋਣਾ ਇਹਨਾਂ ਦੇ ਜਵਾਬ ਦਾ ਕੀਤੇ ਆਪਣਾ ਆਪ ਜੀ ਕਰਕੇ ਸੰਬੋਧ ਕਰਵਾਉਣੇ ਕਿਰਪਾ ਭਗਵਾਨ ਦੀ ਕਿਰਪਾ ਤੁਸੀਂ ਕੀਤੇ ਗਏ ਤਿਆਰੀ ਕੀਤੇ ਗਏ ਸੱਚੇ ਪਾਤਸ਼ਾਹ ਦੀ ਸੰਤਾ ਹਾਜ਼ਰ ਹਨ ਕਿਰਪਾ ਕਰੋ ਇਹਨਾਂ ਦੇ ਵਿਚਾਰੇ ਕੌਣ ਸੇ ਕੋਈ ਨਾਮ ਕੀਤਾ ਗਏ ਹਨ ਚੜ੍ਹਦੀ Satnam Vaheguru
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਧਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜੀਓ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ ਕਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵਿਆ ਅੰਤ ਚੜਾਏ ਸੋਏ ਸੁਣ ਸੁਣ ਮੇਰੇ ਕਾਮਣੇ ਪਾਰ ਦਯਾਲ ਤੇਰਾ ਨਾਮ ਤਰਾ ਸਾਡ ਕੁਰਬਾਣਾ ਜਾਓ ਰਹਾਉ ਸਰਵਨ ਸਾਚਾ ਏਕ ਦੂਜਾ ਨਾਹੀ ਕੋਏ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਲਵਾਜ ਪਿਆਰੇ ਕੇ ਬਰਹਾ ਜਿਸ ਆਗੈ ਪਿਆਰੇ ਜਾਏ ਕਹਾਰਾਉ ਸੇਵੀ ਸਾਹਿਬ ਆਪਣਾ ਅਮਰ ਨ ਜਾਚੋ ਕੋਏ ਨਾਨਕ ਤਾਤਾ ਦਾਸ ਬਿਨ ਬਿਨ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਮਿਟੋ ਬਿੰਗ ਬਿੰਗ ਚੁੱਕ ਚੁੱਕ ਹੋਏ ਸੇਵੀ ਸਾਹਿਬ ਆਪਣਾ ਅਮਰ ਨ ਜਾਚੋ ਕੋਏ ਨਾਨਕ ਤਾਤਾ ਦਾਸ ਬਿੰਗ ਬਿੰਗ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਮਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੁਖਮਰੀ ਮਹੱਲਾ ਪੰਜਵਾ ਸਲੋਕਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ ਜਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ ਅਸ਼ਟਪਦੀ
ਸਿਮਰੋ ਸਿਮਰ ਸਿਮਰ ਸੁਖਪਾਲੂ ਕਲ ਕਲੀ ਤਨ ਮਾਏ ਮਟਾਓ ਸਿਮਰੋ ਜਾਗ ਬਸੰਬਰ ਏਕੈ ਨਾਮ ਜਪਤ ਗੰਤ ਅਨੇਕੈ ਦੇਹ ਪਰਾਤ ਸਿਮਰ ਸੁਧਾ ਕਰ ਦੀਨੇ ਰਾਮ ਨਾਮ ਇਕ ਆਕਰ ਕਿਨਕਾ ਏਕ ਜੈ ਜੀਵ ਸਾਵੈ ਕਾਕੀ ਨੈ ਬਾਗਨੀ ਨ ਆਵੈ ਕਾਕੀ ਏਕੈ ਦਸ ਪਵਾਰੋ ਨਾਨਕ ਉਨ ਸਨ ਮੋਹਿ ਵਧਾਰੋ ਸੁਖ ਮਰੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਰਾਖੈ ਮਨ ਬਿਸਰਾਵੋ ਰਵਾ ਲਾਗੇ ਜਿਨ ਆਪਦੇ ਆਲਾ ਨਾਨਕ ਜਨ ਕੀ ਮੰਗੀ ਰਵਾਲਾ ਪ੍ਰਭ ਕੋ ਸਿਮਰੈ ਸੀ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਆਵੇ ਪ੍ਰਭ ਕੋ ਸਿਮਰੈ ਤਿਨ ਸੂਖ ਮੇਰਾ ਪ੍ਰਭ ਕੋ ਸਿਮਰੈ ਤਿਨ ਅੰਧਕ ਨੇਰੇ ਪ੍ਰਭ ਕੋ ਸਿਮਰੈ ਵਸੇ ਹਰ ਨੇਰੇ ਸੰਤ ਕੇ ਪਾਤੇ ਅੰਧ ਨੇ ਜਾਗ ਨਾਨਕ ਸਿਮਰਨ ਪੂਰੈ ਪਾਰੂ ਸਿਮਰੈ ਸੀ ਜਨ ਦਿਨ ਕੋ ਪ੍ਰਮੇਆ ਨਾਨਕ ਦਿਨ ਜਨ ਸਰਨੀ ਪਿਆ ਹਰ ਸਿਮਰਨ ਦਾ ਭਗਤ ਪਟਾਏ ਹਰ ਸਿਮਰਨ ਨਾਲ ਵੀ ਨੋ ਪਾਏ ਹਰ ਸਿਮਰਨ ਪੈਸੇ ਜਦੀ ਨਾ ਤੇ ਹਰ ਸਿਮਰਨ ਹੀ ਤੋਂ ਮੁੱਟ ਜਾਂਦੇ ਹਰ ਸਿਮਰਨ ਧਾਰੀ ਸਭ ਕਰਨਾ ਸਿਮਰ ਸਿਮਰ ਹਰ ਕਾਰਨ ਕਰਨ ਹਰ ਸਿਮਰਨ ਕੀ ਹੋ ਸਕਦੇ ਆਕਾਰਾ ਹਰ ਸਿਮਰਨ ਮੈਂ ਆਮ੍ਰੰਕਾਰਾ ਕਰ ਕਿਰਪਾ ਜਿਸ ਆਪ ਵਿਧਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਰੋਕ ਦੀਨ ਦਰਦ ਦੁਖ ਭੰਜਨਾ ਨਾਥ ਸਰਣ ਕੁਮਾਰੀ ਆਇਓ ਨਾਨਕ ਕੇ ਪ੍ਰਭਸਾਤੀ ਤੇਰਾ ਭਾਈ ਮਨੁਹਾ ਨਾਮ ਤੇਰਾ ਸੰਗ ਸੰਗਾਈ ਜੈ ਮਹਾਤਿਆਲਾ ਐਸਾ ਰਾਮ ਮਨ ਸਦਾ ਧਿਆਈਐ ਨਾਨਕ ਗੁਰਮਤਿ ਪਰਮਤਿ ਪਾਈਐ ਜੂੜ ਤਰਾਈ ਕੋਟਲ ਕਵਾਈ ਨਾਮ ਜਪੋ ਤੈ ਪਾਰ ਪਰਾਈ ਅਨਕ ਵਿਗਨ ਜਾਇ ਸੰਘਾਰੈ ਹਰਿ ਨਾਮ ਤਤਕਾਲ ਉਦਾਰੈ ਅਨਕ ਜੋਨ ਜਨਮੈ ਮਰ ਜਾਪਉ ਨਾਮ ਜਪਤ ਪਾਵੈ ਬਿਸਰਾਮ ਸੂਤਾ ਪਾਈ ਹਰਿ ਕਾ ਨਾਮ ਜਨ ਕੋ ਭੋਗ ਜੋਗ ਹਰਿ ਨਾਮ ਜਪਤ ਕਜੁ ਨਾਹੀ ਵਿਯੋਗ ਜਨ ਰਾਤਾ ਹਰਿ ਨਾਮ ਕੀ ਸੇਵਾ ਨਾਨਕ ਪੂਜੈ ਹਰਿ ਹਰਿ ਪ੍ਰਿਆ ਅਨਕ ਪ੍ਰਕਾਰ ਕੀ ਹੈ ਮੋਹ ਜਤਨਾ ਪੁੰਨ ਦਾ ਨਿਵਾਮੈ ਮੋਰਤਨਾ ਪੈ ਮਾਇਆ ਜਾਲ ਅਮਰ ਕਰ ਤੂਤ ਸਗਲੀ ਜਮ ਡਾਨ ਗੋਬਿੰਦ ਮੇਰਾ ਰਾਜਾ ਜੇ ਕੋ ਆਪਣਾ ਦੁਖ ਮਟਾਵੈ ਹਰਿ ਨਾਮ ਹਿਰਦੇ ਸਤ ਗਾਵੈ ਜੇ ਕੋ ਆਪਣੀ ਸੋਭਾ ਲੋੜ ਹੈ ਤਾ ਸਾਂਗੇ ਹੋਮੈ ਚੂਰੈ ਜੇ ਕੋ ਜਨ ਮਰਨ ਦੇ ਡਰੈ ਸਾਜ ਰਾਖੀ ਸਭੀ ਪਰਮ ਸੋ ਨ ਬੁਝੈ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਹਲਾਦ ਨਰ ਉਪਰ ਸੁਖ ਵਸੈ ਸੋਤ ਪ੍ਰਾਤ ਮੀਨ ਵਰਤਾ ਸੰਗ ਵਸੈ ਨਾਤ ਜੇ ਤਿਆ ਗਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਗਾਲ ਲਿਓ ਪ੍ਰਭ ਆਪੇ ਨਾਨਕ ਏ ਕੋ ਸਮਝਿਆ ਭੋਰਾ ਬ੍ਰਹਮ ਗਿਆਨੀ ਪਰਮ ਸਤਿ
ਗੁਰ ਪ੍ਰਸਾਦ ਤਤ ਸਭ ਪੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਸੋ ਨਾਨਕ ਸੋ ਸੁਖਮ ਸੋਈ ਅਸਤੂ ਗਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸਬਦ ਜਬ ਪਏ ਨਿਹਾਲ ਉਨਕੀ ਸੇਵਾ ਸੋਈ ਲਾਗਾ ਜਿਸਨੂੰ ਕਿਰਪਾ ਕਰੇ ਬਟ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾ ਨਾ ਤਿਸ ਤੇ ਉਪਜੈ ਤਿਸ ਮਾਹੇ ਸੋ ਮਾਇਓ ਸੁਖ ਨਿਧਾਨ ਉਨਹੂੰ ਬਨੇ ਆਏ ਆਪ ਸੁਖੋ ਆਪ ਜੀ ਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਕਰੇ 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 ਕਰੇ
ਜਰ ਸੈਡ ਤੇ Yeah.
ਸੁਰੇ ਇਹੋ ਨਿਰਾਨ ਜਪੈ ਮਨ ਕੋ ਸਭ ਜਗ ਮੀ ਗਤ ਹੋ
ਕੁਰਬਾਨੀ ਵਾਏ ਸਾਰ ਕਾ ਰੋਸ਼ਨ ਅਹਰਾਮ ਇੱਕ ਦਾਮੇ ਸਹਿਜਾਦ ਕੇ ਰੂਹ ਅਫਜਾ ਪੈਗਾਮ ਚਿੜੀਓ ਕੋ ਸ਼ਹਬਾਜ ਬਣਾਨੇ ਵਾਲੇ ਦਸ਼ਮੇਸ਼ ਕਿਸਾ ਆਪਕੋ ਲਾਖੋਂ ਪ੍ਰਣਾਮ ਐ ਜ਼ੌਕੇ ਸ਼ਹਾਦਤ ਕੇ ਪਰਸਦਾਰ ਨਮਸਕਾਰ ਨਮਸਕਾਰ ਕੁਰਬਾਨੀਓ ਇਸਾਰ ਨਮਸਕਾਰ ਨਮਸਕਾਰ ਕਿਰਦਾਰ ਕੇ ਅਵਤਾਰ ਨਮਸਕਾਰ ਨਮਸਕਾਰ ਕਰ ਜੇ ਸੇ ਤੇਰੇ ਹਿੰਦ ਸਬਕ ਦੋਸ਼ ਨਾ ਹੋਗਾ ਅਹਿਸਾਨ ਤੇ ਹਮਸੇ ਫਰਾਮੋਸ਼ ਨਾ ਹੋਗਾ ਵਾਲੀਆ ਕੁਲੇ ਆਲਮ ਫਕਰੇ ਕਾਇਨਾਤ ਜਾਰਾ ਜਹੂਰ ਚੌਰ ਤਖਤ ਦੇ ਮਾਲਕ ਕਲਯੁਗ ਬੋਹਿਤ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਇਕੱਤਰ ਹੋਏ ਖਾਲਸਾ ਜੀ ਸਭ ਤੋਂ ਪਹਿਲਾਂ ਧੰਨ ਧੰਨ ਸਤਿਗੁਰੂ ਪੰਜਵੇਂ ਨਾਨਕ ਪੰਜਵੀਂ ਗੱਦੀ ਦੇ ਵਾਰਸ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਜਿਨ੍ਹਾਂ ਦਾ ਉਚਾਰਨ ਕੀਤਾ ਹੋਇਆ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਭਾਈ ਸਾਹਿਬ ਨੇ ਗੁਰੂ ਕੀ ਨਿੱਘੀ ਗੋਦ ਵਿੱਚ ਬੈਠ ਕੇ ਬਹੁਤ ਸਿਆਣੇ ਵਿਦਵਾਨ ਟਕਸਾਲੀ ਪਾਠੀ ਬਾਬਾ ਬੁੱਢਾ ਜੀ ਦੀ ਗੱਦੀ ਦੇ ਵਾਰਸ ਪਾਠੀ ਸਿੰਘ ਨੇ ਗੁਰੂ ਕੀ ਨਿੱਘੀ ਗੋਦ ਵਿੱਚ ਬੈਠ ਕੇ ਬਾਣੀ ਦਾ ਇੱਕ ਇੱਕ ਅੱਖਰ ਸ਼ੁੱਧ ਬੋਲ ਕੇ ਬਾਣੀ ਉਚਾਰਨ ਕੀਤੀ ਹੈ ਸੰਗਤਾਂ ਨੇ ਸਰਵਣ ਕੀਤੀ ਸਿਆਣੇ ਵਿਦਵਾਨ ਦਾ ਕਥਨ ਹੈ ਕਿਉਂਕਿ ਬਾਣੀ ਇੱਕ ਉਹ ਮਹਾਨ ਹਸਤੀ ਹੈ ਇੱਕ ਅੱਖਰ ਵੀ ਇਨਸਾਨ ਦੇ ਮਨ ਤੇ ਵਸ ਜਾਵੇ ਤਾਂ ਆਤਮਾ ਹੋ ਜਾਂਦੀ ਹੈ ਨਾਨਕ ਨਦਰੀ ਨਦਰ ਨਿਹਾਲ ਜਿਸ ਤਰ੍ਹਾਂ ਹਿੰਦੂ ਭਰਾਵਾਂ ਦਾ ਵਿਸ਼ਵਾਸ ਹੈ ਕਿ ਕਿਸੇ ਗੰਦੇ ਨਾਲੇ ਦਾ ਪਾਣੀ ਲਿਜਾ ਕੇ ਗੰਗਾ ਦਰਿਆ ਵਿੱਚ ਡੋਲ ਦਿੱਤਾ ਜਾਵੇ ਤੇ ਉਹ ਗੰਗਾ ਦੇ ਨੀਰ ਦਾ ਰੂਪ ਧਾਰਨ ਕਰ ਜਾਂਦਾ ਹੈ ਉਹਨੂੰ ਗੰਗਾ ਪਾਣੀ ਨਹੀਂ ਮੰਨਿਆ ਜਾਂਦਾ ਕਿਉਂਕਿ ਗੰਗਾ ਦੇ ਵਿੱਚ ਲਮਲੀਨ ਹੋ ਗਿਆ ਉਹ ਗੰਗਾ ਦੇ ਵਿੱਚ ਮਿਲ ਕੇ ਗੰਗਾ ਦਾ ਹੀ ਰੂਪ ਧਾਰਨ ਕਰ ਗਿਆ ਪਰ ਜੇ ਇਸ ਤੋਂ ਉਲਟ ਕੋਈ ਗੰਗਾ ਦਾ ਪਾਣੀ ਲਿਆ ਕੇ ਕਿਸੇ ਗੰਦੇ ਨਾਲੇ ਵਿੱਚ ਪਾ ਦੇਵੇ ਕੋਈ ਨਹੀਂ ਮੰਨਦਾ ਵੀ ਇਹ ਪਵਿੱਤਰ ਹੋ ਗਿਆ ਪਰ ਧੰਨ ਗੁਰੂ ਦੀ ਬਾਣੀ ਦਾ ਇੱਕ ਇੱਕ ਅੱਖਰ ਉਹ ਹੈ ਇਨਸਾਨ ਦੇ ਗੰਦੇ ਨਾਲੇ ਵਰਗੇ ਮਨ ਉੱਤੇ ਵਸ ਜਾਵੇ ਤਾਂ ਆਤਮਾ ਪਵਿੱਤਰ ਹੋ ਜਾਂਦੀ ਹੈ ਤਨ ਪਵਿੱਤਰ ਹੋ ਜਾਂਦਾ ਸਿਆਣੇ ਵਿਦਵਾਨ ਦਾ ਕਥਨ ਹੈ ਉਹ ਕਹਿੰਦਾ ਪੜ੍ਹ ਕੇ ਰੂਹ ਨੂੰ ਨਵਾਂ ਸਰੂਰ ਆਵੇ ਆਈ ਧੁਰ ਦਰਗਾਹ ਤੋਂ ਕਾਬ ਤੇਰੀ ਗੀਤ ਗੁੰਗੇ ਨੂੰ ਬੋਲੇ ਨੂੰ ਕੰਨ ਦਿੰਦੀ ਬਾਣੀ ਮਿੱਠੀ ਹੈ ਬੇ ਹਸਾਬ ਤੇਰੀ ਸਾਕੀ ਭੁੱਲੇ ਅੰਗੂਰੀਆਂ ਪੀਣ ਵਾਲੇ ਪੀ ਕੇ ਨਾਮ ਚੋਂ ਘੁੱਟ ਸ਼ਰਾਬ ਤੇਰੀ ਟੈਕ ਰਹੀ ਆ ਮਾਲੀਆ ਬਾਗ ਵਾਂਗੂ ਹੱਥੀ ਲਾਈ ਜੋ ਸਿੱਖੀ ਦੀ ਦਾਤ ਤੇਰੀ ਲਾਲੀ ਦੇਖ ਕੇ ਤੇਰੀਆਂ ਅੱਖੀਆਂ ਦੀ ਸ਼ਾਨੀ ਭਰਦੇ ਨੇ ਚੰਦ ਸੂਰਜ ਆਪ ਤਾਪ ਤੇਰੀ ਪੂਰੀ ਕਰ ਗਈ ਆਸਾ ਨਰਾਸਿਆਂ ਦੀ ਜਦੋਂ ਆਸਾ ਵਿੱਚ ਵੱਜੀ ਰਬਾਬ ਤੇਰੀ ਉਹ ਬਾਣੀ ਤੁਸੀਂ ਸਰਵਣ ਕੀਤੀ ਹੈ ਕਿ ਸੁੱਖਾਂ ਦੀ ਮਨੀ ਜਿਹੜਾ ਪੜ੍ਹ ਲੈਂਦਾ ਉਹ ਵੀ ਤਰ ਜਾਂਦਾ ਤੇ ਜਿਹਨੇ ਕਿਤੇ ਸਰਵਣ ਕਰ ਲਈ ਇੱਕ ਮਨ ਇੱਕ ਚਿੱਤ ਹੋ ਕੇ ਉਹਦਾ ਵੀ ਪਾਰ ਉਤਾਰਾ ਹੋ ਜਾਂਦਾ ਬਾਣੀਆਂ ਸਾਰੀਆਂ ਸਤਿਕਾਰਯੋਗ ਨੇ ਇੱਕ ਇੱਕ ਅੱਖਰ ਪੂਜਣ ਯੋਗ ਹੈ ਬੜਾ ਪਵਿੱਤਰ ਬਾਣੀ ਦਾ ਜਿਸ ਬਾਣੀ ਨੂੰ ਤੁਸੀਂ ਸਰਵਣ ਕੀਤੀ ਹੈ ਔਰ 36 ਮਹਾਂਪੁਰਖਾਂ ਦਾ ਸਮੇਲ 36 ਮਹਾਂਪੁਰਖਾਂ ਦੇ ਪਰਵਚਨ 36 ਮਹਾਂਪੁਰਖਾਂ ਦੀ ਜ਼ਿੰਦਗੀ ਦਾ ਨਿਚੋੜ ਧੰਨ ਗੁਰੂ ਗ੍ਰੰਥ ਸਾਹਿਬ ਜਦੋਂ ਤੁਸੀਂ ਸੀਸ ਝੁਕਾਉਂਦੇ ਹੋ ਤਾਂ 36 ਵਿਅਕਤੀਆਂ 36 ਮਹਾਂਪੁਰਖਾਂ ਦੇ ਚਰਨਾਂ ਵਿੱਚ ਆਪ ਮੁਹਾਰਾ ਤੁਹਾਡਾ ਸੀਸ ਝੁਕ ਜਾਂਦਾ ਹੈ ਜਿਨ੍ਹਾਂ ਦੇ ਵਿੱਚ 6 ਗੁਰੂ ਸਾਹਿਬਾਨ 4 ਗੁਰਸਿੱਖ 11 ਭੱਟ 15 ਭਗਤ ਸਾਹਿਬਾਨ ਜਿਨ੍ਹਾਂ ਦੇ ਅਮੋਲਕ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਆਓ ਸਭ ਤੋਂ ਪਹਿਲਾਂ ਫਰਜ਼ ਅਦਾ ਕਰੀਏ ਝੁਕਾਈਏ ਸੀਸ ਇਨਕਲਾਬੀ ਯੋਧੇ ਪੁੱਤਰਾਂ ਦੇ ਦਾਨੀ ਸਰਬੰਸ ਵਾਰ ਦੇਣ ਵਾਲਾ ਬਾਜਾ ਵਾਲਾ ਉਹਨਾਂ ਦਾ ਬਖਸ਼ਿਸ਼ ਕੀਤਾ ਹੋਇਆ ਕਰੀਏ ਨਾਰਾ ਬੁਲੰਦ ਵੈਸੇ ਵੀ ਕਿਉਂਕਿ ਹਰ ਕੌਮ ਦਾ ਹਰ ਦੁਨੀਆਂ ਦੇ ਵਿੱਚ ਆਪੋ ਆਪਣਾ ਨਾਰਾ ਹੈ ਕੋਈ ਹਿੰਦੂ ਭਰਾ ਨੂੰ ਮਿਲਦਾ ਹੈ ਤੇ ਸਭ ਤੋਂ ਪਹਿਲਾਂ ਜਾ ਕੇ ਕਹਿੰਦਾ ਰਾਮ ਰਾਮ ਉਹ ਵੀ ਅੱਗੋਂ ਜਵਾਬ ਦਿੰਦਾ ਜੇ ਕੋਈ ਮੁਸਲਮਾਨ ਭਰਾ ਮੁਸਲਮਾਨ ਨੂੰ ਮਿਲਦਾ ਉਹ ਕਹਿੰਦਾ ਸਲਾਮ ਅਲੈਕਮ ਉਹ ਅੱਗੋਂ ਕਹਿੰਦਾ ਵਾਹ ਅਲੈਕਮ ਸਲਾਮ
जे कोई आसाई मिलता है उन्हों की अपनी सत श्री अकाल है, पर जे गुरसिख नूं गुरसिख मिलता है ते बड़े अदब सत्कार दे नाल ओ जो अपना कौमी नारा बुलंद करता है ते आप मुहारा दो बार वाहेगुरु शब्द कहे हो जाता ते याद रखियो एक बार वाहेगुरु कहन दे नाल इंसान की चौरासी कटी जाती है, मनोकामना पूर्ण हो जाती है। क्योंकि धन गुरु नानक देव महाराज जिन्होंने 550 साल कुछ दिनों तो बाद 12 तरीक पूरे आल वाल बड़ी श्रद्धा बड़े सत्कार के नाल मनाया जा रहा है। धन गुरु नानक देव महाराज जी ने 9 64 युग तपस्या करके ये 9 युगों का एक एक अखर कत्र किया, 4 अकत्र कट्ठे करके अखर ते यह बना दिता वाहेगुरु शब्द। तो याद रखियो यह वाहेगुरु शब्द उस परमात्मा का ना है जिसे सिमरन करते एक बार कि सुपने के भी निकल जाए तो इंसान का मन भी निर्मल हो जाता है, तन भी निर्मल हो जाता है, तो आया जीवन भी सफल हो जाता है। एक बड़ा कमाल की गल शहर लिखता है, वो कहता है मान सोने ने किया सनपदा सी ताइयों रत्ती संग रहा है, चुख भैड़ा कौड़ी वेल करेले की फल दी बिना फुलों तो रोही का रुख भैड़ा चिंता चिखा बराबर कहन स्याने रोग होमे का वड्डा है, दुख भैड़ा बिना आदल इंसाफ सरकार भैड़ी बिना धर्म तो होंगे मनुख भैड़ा, जेकर पिछली उम्र पैन धक्के लिया पहली ही उम्र का सुख भैड़ा, जेड़ा वाहेगुरु शब्द का कहे मुखो बिना नाम तो बंदे का मुख भैड़ा। एक कम दो काज आओ लवाइए हा दी वैसे भी मैं गल कर रहा कि जदों गुरसिख नूं गुरसुख मिलता है तो यह नारा बुलंद करता है, एक कद तो बुलाना शुरू किया तुहाडे वर्गिया गुरसिखा ने पातशाह नूं सवाल किया ऐ बाजा वाले सतगुरु कोई समा आवे तुसी साडे नाल ना होवो साडे कोल ना होवो ते तुहाडे दर्शन करने चाहिए किस तरह हो सकते ने। धन बाजा वाले सतगुरु कहन लगे तैयार बार तैयार हो के सामने आउंदे खालसे नूं चढ़दी कला दे नाल फतेह बुला दिओ उहदे विच्चों मेरे दर्शन हो जाणगे। छड़दणा जंगलों में चला जाना सारी जिंदगी तपस्या करी जानी पर बाबे नानक नूं इह गल ना चंगी लगी। धन गुरु नानक देव जी ने कहा कि नाम जपण वाला नाम सिमरन वाला बंदगी वाला उस रब का प्यारा जंगलों में रह के बंदगी करे तो जदों पापी भेट नूं लगे भुख तो गृहस्थियां अगे हथ अड्डे जाके गल चंगी ना लगी। धन गुरु नानक देव जी ने कह दिता मेरा गुरसिख घर बैठा किरत कमाई करदा किते सच्चे दिलों एक बार भी वाहेगुरु कह दे एक पल वास्ते भी, जिस तरह कबीर जी कहते हैं कबीर एक घड़ी आधी घड़ी आधी हूफन आद भगतन सेती गोस्त है जो कि ने सुला अज अपनी बच्ची का विवाह करदा अपनी बच्ची का दान करदा सुभाग प्राप्त होया। साड़ी बच्ची जसप्रीत कौर जिन्हां नूं सतगुरु जी ने कृपा करनी है कल नूं गृहस्थ परसों नूं गृहस्थ धर्म च प्रवेश करना है और सतगुरु कृपा करन आपां सारे अकत्र इस करके होए आ परिवार ने धन धन सतगुरु गुरु ग्रंथ साहिब जी दे पावन पवित्र चरण तां परसे ने कि बच्ची दे कारजां नूं चढ़दी कला वास्ते ते आपां सारे अकत्र क्यों होए आ आपां इह अरदास करनी है ये बच्ची इस घर नूं छड़ के सारे परिवार विच जावे ते सारा परिवार इस बच्ची नूं अपने हत्थां उत्ते चक के कमल फूल वांग रखे ते मापिआं नूं सदा ठंडियां हवावां खुशियां भरियां हवावां ये आउंदियां रहिण। ये आपां अरदास करने आ बिरथी कदे ना होवे जन की अरदास नानक जोर गोबिंद का पूर्ण गुण पास। सो आओ सब तो पहला इस भाग समय के उत्ते मैं अपने जथे वालों मुबारक बधाइया दिया क्योंकि आप दुनिया के सांझे दरबार के उस थान पर बैठे हाँ जिथे कोई हिंदू आवे सिख आवे मुसलमान आवे जैनी आवे ऊंच आवे नीच आवे संगम आवे सरेवड़ा आवे जती आवे सती आवे कोई सिख आ जाए जा सिख का वैरी आ जाए सारिआं नूं माण अस्थान एको जिहा मिलदा है। नहीं तो आप देखते हैं खास करके मैं जे सलाम धर्म की गल करा आ बीबिया कि सोहना चौंकड़ा मार के गुरु दरबार के बैठिया ने हजूर साहब जान
ਤਾਂ ਇਹਨਾਂ ਨੂੰ ਆ ਗਿਆ ਹੈ ਹਰਿਮੰਦਰ ਸਾਹਿਬ ਜਾਣ ਅੰਦਰ ਮੱਥਾ ਟੇਕਣ ਦੀ ਆ ਗਿਆ ਹੈ ਜੇ ਕਿਤੇ ਵੀ ਗੁਰਦੁਆਰੇ ਚਲੇ ਜਾਣ ਸਭ ਨੂੰ ਆ ਗਿਆ ਹੈ ਪਰ ਇੱਕੋ ਇੱਕ ਤੁਸੀਂ ਦੇਖ ਲਿਓ ਇਸਲਾਮ ਧਰਮ ਬੀਬੀਆਂ ਸਾਡੀਆਂ ਨੂੰ ਮਸਜਿਦ ਵਿੱਚ ਜਾਣ ਦਾ ਆਰਡਰ ਮੱਥਾ ਟੇਕਣ ਦਾ ਆਰਡਰ ਨਹੀਂ ਤੇ ਇੱਕ ਉਰਦੂ ਦਾ ਸ਼ਾਇਰ ਮਿਰਜ਼ਾ ਗਾਲਬ ਹੋਇਆ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਅਨੇਕਾਂ ਪੁਸਤਕਾਂ ਲਿਖੀਆਂ ਅਨੇਕਾਂ ਗ੍ਰੰਥ ਲਿਖੇ ਉਹਨੇ ਆਪਣੀ ਕਲਮ ਦੁਆਰਾ ਉਹਨਾਂ ਬੰਦਿਆਂ ਦੀ ਸ਼ਲਾਘਾ ਕੀਤੀ ਜਿਹਨਾਂ ਨੇ ਆਪਾ ਕੁਰਬਾਨ ਕਰ ਦਿੱਤਾ ਉਹਨੇ ਉਹਨਾਂ ਧਰਮਾਂ ਦੀ ਸ਼ਲਾਘਾ ਲਿਖੀ ਜਿਸ ਧਰਮ ਦੇ ਬੰਦਿਆਂ ਨੇ ਰੱਬ ਦੇ ਨਾਂ ਦੇ ਉੱਤੇ ਉਹ ਜ਼ਿੰਦਗੀ ਲੇਖੇ ਲਾ ਦਿੱਤੀ ਦੇਸ਼ ਕੌਮ ਦੀ ਗੈਰਤ ਬਚਾਉਣ ਵਾਸਤੇ ਦੇਸ਼ ਕੌਮ ਨੂੰ ਬਚਾਉਣ ਵਾਸਤੇ ਆਪਣੇ ਧਰਮ ਨੂੰ ਬਚਾਉਣ ਵਾਸਤੇ ਆਪਾ ਵਾਰ ਦਿੱਤਾ ਮਿਰਜ਼ਾ ਗਾਲਬ ਲਿਖਦਾ ਮੈਂ ਧਰਮ ਬੜੇ ਦੇਖੇ ਨੇ ਧਾਰਮਿਕ ਸਥਾਨ ਬੜੇ ਦੇਖੇ ਨੇ ਪਰ ਜਦੋਂ ਗੁਰੂ ਨਾਨਕ ਦੇ ਦਰ ਦੇ ਉੱਤੇ ਕੋਈ ਦੁਨੀਆਂ ਦਾ ਵਿਅਕਤੀ ਜਾਂਦਾ ਹੈ ਤੇ ਆਪ ਮੁਹਾਰਾ ਉਹਦਾ ਸੀਸ ਝੁਕ ਜਾਂਦਾ ਉਹ ਲਿਖਦਾ ਕੀ ਹੈ ਆਪਣੀ ਭਾਸ਼ਾ ਵਿੱਚ ਕਹਿੰਦਾ ਉਹ ਕਹਿੰਦਾ ਯਹੀ ਇੱਕ ਦਰ ਹੈ ਸਰ ਕੋ ਝੁਕਾਣੇ ਕੇ ਲੀਏ ਉਹ ਲੱਗੀ ਆਗ ਦਿਲ ਮੈਂ ਵੋ ਬੁਝਾਣੇ ਕੇ ਲੀਏ ਜਿਸ ਦਰ ਪਰ ਕੋਈ ਸਰ ਨਾ ਝੁਕੇ ਉਸੇ ਦਰ ਨਹੀਂ ਕਹਤੇ ਜੋ ਸਰ ਦਰ ਦਰ ਪੈ ਝੁਕ ਜਾਏ ਉਸੇ ਸਰ ਨਹੀਂ ਕਹਤੇ ਕਾਬੇ ਮੈਂ ਕਹਤੇ ਹਾਰ ਹਿੰਦੂ ਕੋ ਕਾਫਰ ਮਗਰ ਯੇ ਗੁਰੂ ਘਰ ਮੈਂ ਕਾਫਰ ਕੋ ਵੀ ਕਾਫਰ ਨਹੀਂ ਕਹਤੇ ਕਹਿੰਦੇ ਕੀ ਨੇ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸੇ ਬਾਹਰਾ ਜੀਉ ਕਹਿੰਦਾ ਮੁਸਲਮਾਨਾਂ ਦੇ ਮੱਕੇ ਵਿੱਚ ਕੋਈ ਗੈਰ ਮਜ਼ਹਬ ਦਾ ਬੰਦਾ ਚਲਾ ਜਾਵੇ ਉਹਨੂੰ ਕਾਫਰ ਕਹਿ ਕੇ ਕਰ ਦਿੱਤਾ ਜਾਂਦਾ ਦਰਕਾਰ ਦਿੱਤਾ ਜਾਂਦਾ ਪਰ ਧੰਨ ਗੁਰੂ ਨਾਨਕ ਦੇਵ ਜੀ ਦਾ ਉਹ ਵਾਰਾ ਹੈ ਚੌਂ ਵਰਨਾਂ ਦਾ ਕੋਈ ਵਿਅਕਤੀ ਕੋਈ ਚੰਗਾ ਆ ਜਾਵੇ ਕੋਈ ਮਾੜਾ ਆ ਜਾਵੇ ਕੋਈ ਗਰੀਬ ਆ ਜਾਵੇ ਕੋਈ ਅਮੀਰ ਆ ਜਾਵੇ ਕੋਈ ਕੋਈ ਰਾਜਾ ਆ ਜਾਵੇ ਕੋਈ ਕੰਗਾਲ ਆ ਜਾਵੇ ਸਾਰਿਆਂ ਨੂੰ ਅਸਥਾਨ ਇੱਕੋ ਜਿਹਾ ਮਿਲਦਾ ਹੈ ਸਾਰੇ ਮੁਬਾਰਕਬਾਦ ਵਧਾਈ ਦੇ ਚਾਰ ਲਫ਼ਜ਼ ਕਹਾਂ ਕਿਉਂਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਗੱਲ ਕਰਾਂ ਉਹ ਸਮਾਂ ਬੜਾ ਪੁਰਾਣਾ ਹੋ ਚੁੱਕਾ ਹੈ ਜਦੋਂ ਕਿਸੇ ਬੇਟੀ ਦੀ ਸ਼ਾਦੀ ਹੋਣੀ ਨਾ ਆ ਸਾਡੇ ਬਜ਼ੁਰਗ ਬੈਠੇ ਨੇ ਜਾਂ ਬਜ਼ੁਰਗ ਮਾਵਾਂ ਬੈਠੀਆਂ ਨੇ ਆਪਾਂ ਦੇਖਦੇ ਹਾਂ ਵੀ ਅੱਜ ਤੋਂ 40 ਸਾਲ ਪਹਿਲਾਂ ਕਿਸੇ ਨੇ ਬੇਟੀ ਦੀ ਸ਼ਾਦੀ ਕਰਨੀ ਹੋਣੀ ਨਾ ਤੇ ਉਹਨੂੰ ਕਹਿਣਾ ਚੰਗੇ ਕੱਪੜੇ ਨਾ ਪਾਈ ਨਹਾ ਧੋ ਕੇ ਨਹੀਂ ਰਹਿਣਾ ਨਿਬੜਿਆ ਰਹਿਣਾ ਕਿਉਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹਦੀ ਧੀ ਦੀ ਸ਼ਾਦੀ ਹੈ ਪਰ ਇਹ ਨਹੀਂ ਪਤਾ ਲੱਗਾ ਤਾਂ ਬਾਬੇ ਨਾਨਕ ਨੇ ਸਾਨੂੰ ਸਮਝਾਇਆ ਓਏ ਦਾਨਾ ਸਰਦਾਰ ਆ ਬੇਟੀ ਦੀ ਸ਼ਾਦੀ ਜਿੰਨੀ ਦੇਰ ਤੱਕ ਜਿਸ ਘਰ ਦੇ ਵਿੱਚੋਂ ਬੇਟੀ ਰਵਾਨਾ ਨਹੀਂ ਕਰਦਾ ਪਰਿਵਾਰ ਬੇਟੀ ਦਾ ਦਾਨ ਨਹੀਂ ਕਰਦਾ ਓਨੀ ਦੇਰ ਤੱਕ ਘਰ ਨਹੀਂ ਪਵਿੱਤਰ ਬਣਿਆ ਜਾਂਦਾ ਭਾਵੇਂ ਸੋਨਾ ਦਾਨ ਕਰੀ ਜਾਓ ਜੋ ਮਰਜ਼ੀ ਦਾਨ ਕਰੀ ਜਾਓ ਪਰ ਓਨੀ ਦੇਰ ਤੱਕ ਘਰ ਪਵਿੱਤਰ ਨਹੀਂ ਹੋ ਸਕਦਾ ਉਹ ਜਿਸ ਪਰਿਵਾਰ ਦੇ ਵਿੱਚੋਂ ਜਦੋਂ ਬੇਟੀ ਦਾ ਦਾਨ ਕੀਤਾ ਜਾਂਦਾ ਹੈ ਤੇ ਪਿਤਾ ਆਪਣੀ ਬੇਟੀ ਨੂੰ ਤੋੜਦਾ ਤੇ ਉਸ ਸਮੇਂ ਘਰ ਨਗਰ ਖੇੜਾ ਸਭ ਪਵਿੱਤਰ ਹੋ ਜਾਂਦੇ ਨੇ ਦੇਵਤੇ ਵੀ ਉੱਪਰੋਂ ਫੁੱਲਾਂ ਦੀ ਵਰਖਾ ਕਰਦੇ ਨੇ ਅੱਜ ਸਮਾਂ ਬੜੀ ਚੰਗੀ ਗੱਲ ਹੈ ਕਿ ਅੱਜ ਦਾ ਸਮੇਂ ਦੇ ਵਿੱਚ ਨਾ ਤਾਂ ਧੀ ਤੇ ਨਾ ਪੁੱਤਰ ਦੇ ਵਿੱਚ ਕੋਈ ਫਰਕ ਨਹੀਂ ਮੰਨਿਆ ਜਾਂਦਾ ਆ ਤੁਸੀਂ ਦੇਖਦੇ ਹੋ ਨਾ ਜੇ ਕਿਸੇ ਦੇ ਪੁੱਤਰ ਦੀ ਸ਼ਾਦੀ ਹੋਵੇ ਤਾਂ ਵੀ ਡੀਜੇ ਲੱਗਦਾ ਤਾਂ ਵੀ ਜਾਗੋ ਕੱਢੀ ਜਾਂਦੀ ਹੈ ਤੇ ਜੇ ਕਿਸੇ ਦੀ ਬੇਟੀ ਦੀ ਸ਼ਾਦੀ ਹੋਵੇ ਤੇ ਤਾਂ ਵੀ ਡੀਜੇ ਲੱਗਦਾ ਜਾਗੋ ਕੱਢੀ ਜਾਂਦੀ ਹੈ ਇਹਦਾ ਮਤਲਬ ਹੈ ਕਿ ਅੱਜ ਇੰਨੀ ਜਾਗਰਤਾ ਆ ਚੁੱਕੀ ਹੈ ਕਿ ਅੱਜ ਸਾਡੇ ਵਿੱਚ ਪੁੱਤਰ ਔਰ ਧੀ ਦਾ ਬਿਲਕੁਲ ਫਰਕ ਨਹੀਂ ਰਿਹਾ ਖੁਸ਼ੀ ਦਾ ਸੂਰਜ ਆਵੇ ਤੇਰੀ ਜੱਗ ਵਿੱਚ ਤੇਜ ਰੋਸ਼ਨਾਈ ਹੋਵੇ ਆਇਆ ਸੱਚ ਦਾ ਨਾਲ ਸੰਦੇਸ਼ ਲੈ ਕੇ ਤੇਰੇ ਪੰਧ ਦੀ ਜੋਤ ਸੁਹਾਈ ਹੋਵੇ ਆਇਆ ਖੁਸ਼ੀ ਦੀ ਨਵੀਂ ਪ੍ਰਭਾਤ ਲੈ ਕੇ ਤੇਰੀ ਤੇਜ ਤੋਂ ਤੇਜ ਰੋਸ਼ਨਾਈ ਹੋਵੇ ਇਸ ਬੇਟੀ ਦੇ ਵਿਵਾਹ ਦੀ ਖੁਸ਼ੀ ਅੰਦਰ ਰੰਗੀਲੇ ਸੱਜਣੋ ਲੱਖ ਲੱਖ ਵਧਾਈ ਹੋਵੇ ਵਧਾਈਆਂ ਦਾ ਗੀਤ ਸਾਡੇ ਜੱਥੇ ਪਾਸੋਂ ਪਿਆਰ ਸਤਿਕਾਰ ਨਾਲ ਇਸ ਤਰ੍ਹਾਂ
शीतल होए। सो आओ अज का इतिहास मैं तुहाडी सेवा शुरू करा। साढ़े बहुत सत्कारयोग भाई बलबीर सिंह जी बच्ची दे सत्कारयोग डैडी उन्हां वालों भी बेअंत माया जिथे अपनी बेटी का दान किया जा रहा है। कई बार सौ सौ लख जमड़ा माया भेज के गए ने। धन्यवाद साढ़े सत्कारयोग भैन गुरबख्श कौर जी बच्ची दे सत्कारयोग मम्मी उन्हां वालों भी बेअंत सत्कार माया भेजी गई है। धन्यवाद बच्ची दे सत्कारयोग दादा जी सरदार गुरमेल सिंह जी उन्हां वालों भी बहुत सत्कार माया भेजी गई है। बच्ची दे सत्कारयोग दादी स्वर्गीय माता जगिंदर कौर जी उन्हां दे नां ते भी परिवार वालों बेअंत माया भेजी गई है। साढ़े सत्कारयोग बच्ची दे चाचा जी मेरे नाल थले बैठे सी मेरे वीर सो उन्हां वालों भी सौ लख नंबड़ा माया भेजी गई है। कोई गल नहीं ना असीं बोली जाने ने जिहदा ना रह गया वह बेशक दी 100 रुपया दे के साढ़े को आके बुला लियो। असीं बोलांगे भावें 3-4 बार बुला लियो कोई गल नहीं क्योंकि जथा भी तुहाडे परिवार दा ही है कोई उपरा नहीं अपने परिवार दे विच ही असीं आए हां। तुहाडा अपना अपनियां ही तुहाडियां बच्चियां ने अपना ही तुहाडा परिवार। सो आओ अज दा इतिहास मैं तुहाडी सेवा विच शुरू करा। इतिहास कौमां दी जिंद जान होया करदे ने जिहड़ियां कौमां अपने इतिहास नूं भुल जांदियां ने ਉਹ ਦੁਨੀਆ ਦੀ ਪੱਟੀ ਤੋਂ ਗਲ ਤੱਕਰ ਵਾਂਗੂ ਮਿਲ ਜਾਇਆ ਕਰਦੀਆਂ ਨੇ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਣ ਉਹ ਕੌਮਾਂ ਸਦਾ ਚੰਦ ਸੂਰਜ ਵਾਂਗ ਚਮਕਦੀਆਂ ਰਹਿੰਦੀਆਂ ਨੇ। ਸਿਆਣੇ ਵਿਦਵਾਨ ਦਾ ਕਥਨ ਹੈ ਉਹ ਕਹਿੰਦਾ ਤੁੰਬਾ ਤੁੰਬਾ ਹੋ ਜਾਏ ਕਬੀਲਦਾਰੀ ਜੇਕਰ ਗੰਢ ਤਬਾਕ ਦੀ ਖੁੱਲ ਨਾਲ ਜੰਤਰਾ ਨਹੀਂ ਮਿਸਾਲ ਮੱਚਦੀ ਮੁੱਕੇ ਤੇਲ ਤੇ ਦੀਵਾ ਹੋ ਗੁੱਲ ਜਾਵੇ ਲੱਖਾਂ ਯਤਨ ਕਰੀਏ ਮੁੜ ਨਾ ਪਵੇ ਭਾਂਡੇ ਜੇਕਰ ਦੁੱਧ ਦਰਿਆ ਵਿੱਚ ਡੁੱਲ ਜਾਵੇ ਉਸ ਕੌਮ ਦਾ ਪਾਰਸਾ ਰੱਬ ਰਾਖਾ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਇਤਿਹਾਸ ਹੀ ਕੌਮਾਂ ਨੂੰ ਜਿੰਦਾ ਰੱਖਦੇ ਨੇ। ਕੱਲ ਮੈਂ ਇੱਕ ਹਿਸਟਰੀ ਪੜ੍ਹ ਰਿਹਾ ਘਰ ਵਿੱਚ ਬੈਠਾ ਹਿਸਟਰੀ ਮੈਂ ਪੜ੍ਹ ਰਿਹਾ। ਤੁਸੀਂ ਕਈ ਵਾਰ ਲੁਧਿਆਣੇ ਤੋਂ ਜਾਂਦੇ ਹੋ ਨਾ ਚੰਡੀਗੜ੍ਹ ਨੂੰ ਤੇ ਰਸਤੇ ਵਿੱਚ ਸੰਘੋਲ ਪਿੰਡ ਹੈ। ਸੰਘੋਲ ਪਿੰਡ ਦੀ ਮੈਨੂੰ ਇੱਕ ਉਹ ਗੱਲ ਯਾਦ ਆਈ ਉਹ ਮੈਂ ਇੱਕ ਘਟਨਾ ਪੜ੍ਹੀ। ਕਹਿੰਦੇ ਨੇ ਵੀ ਜਦੋਂ ਹਿੰਦੁਸਤਾਨ ਦੇ ਵਿੱਚ ਆਰੀਆ ਲੋਕ ਆਏ ਤੇ ਭੀਲਾਂ ਦੀ ਕੌਮ ਰਾਜ ਕਰਦੀ ਸੀ ਤੇ ਰਾਜਧਾਨੀ ਸੀ ਇਹ ਸੰਘੋਲ। ਸੰਘੋਲ ਪਿੰਡ ਜਿਹੜਾ ਰਾਜਧਾਨੀ ਸੀ ਕਈ ਰਾਜਿਆਂ ਦੀ 5000 ਸਾਲ ਤੱਕ ਇਹ ਰਾਜਧਾਨੀ ਰਿਹਾ ਤੇ ਭੀਲਾਂ ਦੀ ਕੌਮ ਦਾ ਹਿੰਦੁਸਤਾਨ ਉੱਤੇ ਬੋਲਬਾਲਾ ਹਿੰਦੁਸਤਾਨ ਉੱਤੇ ਰਾਜ ਸੀ ਭੀਲਾਂ ਦੀ ਕੌਮ ਦਾ ਤੇ ਆਰੀਆ ਲੋਕਾਂ ਨੇ ਆ ਕੇ ਜਦੋਂ ਇਹ ਦੇਖਿਆ ਵੀ ਇਹ ਕੌਮ ਦੀ ਖਾਸੀਅਤ ਕੀ ਹੈ ਇਹ ਲੋਕ ਇੰਨੀ ਚੜ੍ਹਦੀ ਕਲਾ ਵਿੱਚ ਕਿਉਂ ਨੇ ਕਿਉਂ ਦੇਸ਼ ਉੱਤੇ ਰਾਜ ਕਰ ਰਹੇ ਨੇ ਤੇ ਖੋਜ ਕਰਕੇ ਪਰਚੋਲ ਕਰਕੇ ਪਤਾ ਲੱਗਾ ਉਹ ਹੈ ਇਹਨਾਂ ਦਾ ਇਤਿਹਾਸ ਇਹਨਾਂ ਦੇ ਵਡਾਰਮਾਂ ਦੀਆਂ ਕੁਰਬਾਨੀਆਂ ਇਹ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਰਸਤਿਆਂ ਤੇ ਚੱਲ ਕੇ ਰਾਜ ਕਰ ਰਹੇ ਨੇ
ਤੇ ਆਰੀਆ ਲੋਕਾਂ ਨੇ ਭੀਲਾਂ ਦੀ ਕੌਮ ਦਾ ਇਤਿਹਾਸ ਖਤਮ ਕਰ ਦਿੱਤਾ, ਮਿਟਾ ਦਿੱਤਾ। ਕੋਈ ਨਹੀਂ ਜਾਣਦਾ, ਸੰਗੋਲ ਵੀ ਚਲੇ ਜਾਓ ਉੱਥੇ ਵੀ ਨਹੀਂ ਜਾਣਦਾ ਵੀ ਭੀਲ ਕਦੋਂ ਆਏ ਔਰ ਕਦੋਂ ਚਲੇ ਗਏ। ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਨੇ। ਇਹ ਠੀਕ ਹੈ ਇਤਿਹਾਸ ਮੌਕੇ ਦੇ ਨਾਲ ਮੌਕੇ ਦੇ ਮੁਤਾਬਕ ਬੋਲਿਆ ਜਾਵੇ ਤਾਂ ਬੜੀ ਚੰਗੀ ਗੱਲ ਹੁੰਦੀ ਹੈ। ਵੈਸੇ ਵੀ ਜੇ ਆਪਾਂ ਸਿੱਖ ਕੌਮ ਦੇ ਇਤਿਹਾਸ ਦੀ ਗੱਲ ਕਰੀਏ, ਦੁਨੀਆਂ ਦਾ ਕੋਈ ਇਤਿਹਾਸ ਖੋਲ ਲਵੋ ਕੇਵਲ ਇੱਕ ਗੱਲ ਮਿਲੇਗੀ, ਪਰ ਸਾਡੇ ਗੁਰੂ ਸਾਹਿਬਾਨਾਂ ਨੇ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਕੋਈ ਘਾਟ ਨਹੀਂ ਛੱਡੀ। ਉਹ ਸਿੱਖ ਇਤਿਹਾਸ ਪੜ੍ਹੀਏ ਜਿੱਥੇ ਇਹ ਸਰਲੱਥ ਮਰ ਜੂੜੇ ਸੂਰ ਵੀਰ ਬਹਾਦਰਾਂ ਦਾ ਇਤਿਹਾਸ ਹੈ, ਉੱਥੇ ਦਾਨੀ ਮਹਾਂਪੁਰਖਾਂ ਦਾ ਇਤਿਹਾਸ ਹੈ। ਦਾਨੀ ਵੀ ਐਸੇ ਸਰਬੰਸ ਵਾਰ ਦੇਣ ਵਾਲੇ, ਆਪਾਂ ਕੁਰਬਾਨ ਕਰ ਦੇਣ ਵਾਲੇ, ਪਰਿਵਾਰ ਹੀ ਦਾਨ ਕਰ ਦੇਣ ਵਾਲੇ। ਉਹ ਜੇ ਦਾਨੀਆਂ ਦੀ ਗੱਲ ਕਰੀਏ ਤੇ ਇੱਥੇ ਗੁਰੂਆਂ ਪੀਰਾਂ ਪੈਗੰਬਰਾਂ ਦਾ ਇਤਿਹਾਸ ਹੈ, ਕੋਈ ਕਿਸੇ ਕਿਸਮ ਦੀ ਘਾਟ ਨਹੀਂ ਛੱਡੀ। ਅੱਜ ਮੈਂ ਤੁਹਾਡੇ ਨਾਲ ਇੱਕ ਐਸਾ ਇਤਿਹਾਸ ਸਾਂਝਾ ਕਰਾਂ, ਕਿਉਂਕਿ ਆਪਾਂ ਬੱਚੀ ਦੇ ਵਿਵਾਹ ਦੇ ਵਿੱਚ ਇਕੱਤਰ ਹੋਏ ਹਾਂ। ਭਾਵੇਂ ਦੁਨੀਆਂ ਦੇ ਵਿੱਚ ਮੈਂ ਪਹਿਲਾਂ ਗੱਲ ਕੀਤੀ ਹੈ, ਆ ਜਾ ਵੀ ਆ ਜਾ ਮਿੱਤਰਾ, ਕੋਈ ਗੱਲ ਨਹੀਂ, ਸਾਡੀ ਲਾਡੀ ਜੀ ਦੇ ਬੱਚੇ ਨੇ ਔਰ ਸਾਡੀਆਂ ਗੁਰੂ ਕੀ ਲਾਡਲੀਆਂ ਫੌਜਾਂ, ਕਿਉਂਕਿ ਉਹਨੂੰ ਪਤਾ ਵੀ ਮੇਰੀ ਮਾਂ ਦੇ ਖਾਤੇ ਤਾਂ 12.5 ਰੁਪਈਏ ਹੀ ਆਉਣੇ ਨੇ, ਬਾਕੀ ਤਾਂ 3 ਬੰਦਿਆਂ ਨੇ ਲੈ ਜਾਣੇ ਨੇ। ਕੋਈ ਗੱਲ ਨੀ ਮਿੱਤਰਾ, ਕੋਈ ਗੱਲ ਨੀ। ਸੋ ਆਓ, ਕਿਉਂਕਿ ਮੈਂ ਬੇਨਤੀ ਕਰਾਂ ਇਤਿਹਾਸ ਦੇ ਵਿੱਚ ਥੋੜਾ ਜਿਹਾ ਆਪਾਂ ਹਾਸ ਰਸ ਨਾ ਕਰੀਏ ਤਾਂ ਫਿਰ ਵੀ ਆਨੰਦ ਨਹੀਂ ਆਉਂਦਾ, ਫਿਰ ਵੀ ਕਈ ਵਾਰ ਸੰਗਤ ਨੂੰ ਬੈਠੇ ਹੀ ਨੀਂਦ ਆਉਣ ਲੱਗ ਪੈਂਦੀ। ਆਹ ਮੈਂ ਦੇਖ ਰਿਹਾ, ਕਿਉਂਕਿ ਥੱਲੇ ਗੱਲ ਚੱਲ ਰਹੀ ਸੀ ਤੇ ਕਹਿ ਰਹੇ ਸੀ ਵੀ ਭੈਣ ਦਾ ਆਪਣੀ ਸੱਸ ਨਾਲ ਬੜਾ ਪਿਆਰ ਸੀ। ਮੈਂ ਕਿਹਾ ਵੀ ਅੱਜ ਕੱਲ੍ਹ ਤਾਂ ਵਿਰਲੀਆਂ ਹੀ ਮਿਲਦੀਆਂ ਨੇ, ਨਹੀਂ ਤੇ ਇੱਟ ਖੜਕੇ ਵਾਲਾ ਵੈਰ ਤਾਂ ਜ਼ਰੂਰ ਮਿਲਦਾ ਹੈ ਸੱਸ ਨੂੰ ਦਾ, ਪਰ ਪਿਆਰ ਬੜਾ ਘੱਟ ਮਿਲਦਾ। ਜਿਸ ਤਰ੍ਹਾਂ ਇੱਕ ਬੱਸ ਦੇ ਵਿੱਚ ਕਾਫੀ ਸਾਰੀਆਂ ਸੱਸਾਂ ਤੇ ਨੂੰਹਾਂ ਇਕੱਠੀਆਂ ਬੈਠ ਗਈਆਂ ਤੇ ਸੱਸਾਂ ਵਿਚਾਰੀਆਂ ਕਹਿਣਗੀਆਂ ਨੂੰਹਾਂ ਨੂੰ ਕਹਿਣਗੀਆਂ ਪਿੱਛੇ ਬੈਠੋ ਤੁਸੀਂ, ਅਸੀਂ ਬੈਠਣਾ ਅੱਗੇ। ਉਹ ਕਹਿੰਦੇ ਬਹਿ ਜਾਓ ਤੇ ਅੱਗੇ ਜਾ ਕੇ ਦੁਰਘਟਨਾ ਵਾਪਰੀ, ਸੱਸਾਂ ਸਾਰੀਆਂ ਵਿਚਾਰੀਆਂ ਔਰੈਟ ਹੋ ਗਈਆਂ ਤੇ ਜਦੋਂ ਔਰੈਟ ਹੋਈਆਂ ਤੁਹਾਨੂੰ ਪਤਾ ਹੀ ਹੈ, ਨੂੰਹਾਂ ਕਹਿਣ ਲੱਗੀਆਂ ਹੁਣ ਅੱਖਾਂ ਨੂੰ ਲਾ ਲਓ ਪਾਣੀ ਤੇ ਕੋਈ ਉੱਚਾ ਰੌਲਾ ਪਾ ਲਓ, ਨਹੀਂ ਤਾਂ ਲੋਕਾਂ ਨੇ ਕਹਿਣਾ ਮੈਨੂੰ ਤਾਂ ਪਿਆਰ ਨਹੀਂ। ਤੇ ਲੱਗਦੀਆਂ ਫਿਰ ਬਾਅਦ ਚ ਕਹਿੰਦੀਆਂ ਨੇ ਚੁੱਪ ਕਰ ਜਾਓ, ਹੁਣ ਤੱਕਣਾ ਹੀ ਆ ਕਿਤੇ, ਚੁੱਪ ਕਰ ਗਈਆਂ। ਪਰ ਇੱਕ ਵਿਚਾਰੀ ਚੁੱਪ ਨਾ ਕਰੇ, ਦਬ ਕੇ ਚੀਕਾਂ ਮਾਰੀ ਜਾਏ। ਉਹ ਜਿਉਂ ਜਿਉਂ ਚੁੱਪ ਕਰਾਉਣ ਸਵਾਰੀਆਂ, ਸਾਰੇ ਕਹਿੰਦੇ ਹੋਰ ਚੀਕਾਂ ਮਾਰੇ। ਕੋਲ ਜਾ ਕੇ ਭੈਣਾਂ ਉਹਨੂੰ ਪੜੋਸ ਕੇ ਕਹਿੰਦੀਆਂ ਨੇ ਭੈਣੇ, ਅੱਜ ਦੇ ਸਮੇਂ ਵਿੱਚ ਸੱਸ ਨਾਲ ਇੰਨਾ ਵੱਡਾ ਪਿਆਰ ਅਸੀਂ ਤਾਂ ਕਦੀ ਦੇਖਿਆ ਨੀ। ਉਹ ਕਹਿੰਦੀ ਹੈ ਭੈਣੋ, ਪਿਆਰ ਦੇ ਮਾਰ ਗੋਲੀ, ਮੈਂ ਤਾਂ ਉੱਚੀ ਉੱਚੀ ਤਾਰ ਹੁੰਦੀ ਹਾਂ, ਸੱਸ ਮੇਰੀ ਅੱਜ ਮੇਰੇ ਨਾਲ ਹੀ ਨਹੀਂ ਆਈ। ਸੋ ਕਈਆਂ ਦਾ ਪਿਆਰ ਇਹੋ ਜਿਹਾ ਵੀ ਹੁੰਦਾ। ਸੋ ਆਓ ਮੈਂ ਗੱਲ ਕਰਾਂ, ਧੀ ਦੀ ਸ਼ਾਦੀ, ਧੀ ਦਾ ਦਾਨ ਉਹ ਪਰਿਵਾਰ ਕਰ ਸਕਦਾ ਜਿਹਨੂੰ ਰੱਬ ਨੇ ਧੀ ਦਿੱਤੀ, ਤੇ ਜਿਹਨੂੰ ਵਿਚਾਰੇ ਨੂੰ ਮੇਰੇ ਵਰਗੇ ਨੂੰ ਦਿੱਤੀ ਨੀ ਤੇ ਉਹਨੇ ਦਾਨ ਕੀ ਕਰਨਾ। ਕਈ ਵਾਰ ਨਾ ਮੈਨੂੰ ਕਹਿੰਦੇ ਨੇ ਵਿਗਿਆਨੀ ਜੀ ਮੁੰਡਾ ਹੋਣਾ ਚਾਹੀਦਾ, ਮਾਹੌਲ ਨਹੀਂ ਤੁਹਾਨੂੰ ਭੁਲੇਖਾ ਵੀ ਧੀਆਂ ਮੁੰਡਿਆਂ ਨਾਲੋਂ ਵੀ ਉੱਤੇ ਮੇਰੇ ਤਿੰਨੇ ਹੀ ਮੁੰਡੇ ਨੇ, ਮੇਰੇ ਧੀ ਹੈ। ਤੇ ਮੈਂ ਅੱਜ ਤੱਕ ਰੱਬ ਨੂੰ ਆਲਾ ਭਾ ਦਿੰਦਾ ਵੀ ਸੱਚੇ ਪਾਤਸ਼ਾਹ ਕਿਰਪਾ ਕਰਦਾ ਇੱਕ ਮੈਨੂੰ ਵੀ ਦੇ ਦਿੰਦਾ ਤਾਂ ਕਿਹੜਾ ਘਾਟਾ ਸੀ। ਪਰ ਮੈਂ ਬਿਲਕੁਲ ਸੱਚ ਕਹਿੰਦਾ ਵੀ ਮੁੰਡਿਆਂ ਨਾਲੋਂ ਧੀਆਂ ਦਰਦ ਮਾਤਾ ਪਿਤਾ ਦਾ ਜ਼ਿਆਦਾ ਬਣਾਉਂਦੀ ਹੈ। ਸੋ ਆਓ ਮੈਂ ਕੱਲ੍ਹ ਇੱਕ ਐਸੇ ਪਰਿਵਾਰ ਦੀ ਕਰਾਂ, ਇੱਕ ਵਾਰ ਆਪਣੇ ਆਪ ਨੂੰ ਅੰਤਰ ਧਿਆਨ ਕਰਕੇ ਆਪਣੀ ਬਿਰਤੀ ਲੈ ਕੇ ਉਹ ਲਾਹੌਰ ਦੀ ਧਰਤੀ ਉੱਤੇ, ਕਿਉਂਕਿ ਅੱਜ ਬੜਿਆਂ ਨੇ ਜਾਣਾ, ਬਹੁਤ ਜਾ ਰਹੇ ਨੇ, 1 ਤਰੀਕ ਅੱਜ ਵੀ ਲਗਾਤਾਰ ਜਾਂਦਿਆਂ ਰਹਿਣਾ ਪਾਕਿਸਤਾਨ ਦੇ ਵਿੱਚ, ਤੇ ਸਭ ਤੋਂ ਪਹਿਲਾਂ ਲਾਹੌਰ ਹੀ ਜਾਂਦੇ ਹਾਂ ਆਪਾਂ। ਤੇ ਲਾਹੌਰ ਜਿਹਨੂੰ ਗੁਰਬਾਣੀ ਦੇ ਵਿੱਚ ਇਹ ਵੀ ਕਿਹਾ, ਲਾਹੌਰ ਜ਼ਹਿਰ ਸਵਾ ਪਹਿਰ ਕਹਿਰ, ਬੜਾ ਕਹਿਰਵਾਨ ਸ਼ਹਿਰ ਦੱਸਿਆ। ਪਰ ਬਾਅਦ ਵਿੱਚ ਪੰਜਵੇਂ ਨਾਨਕ ਨੇ ਇਹ ਵੀ ਲਿਖਿਆ ਕਿ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਸਿਫਤੀ ਦਾ ਘਰ ਕਿਉਂ ਕਿਹਾ ਕਿ ਜਿੱਥੇ ਪੰਜਵੇਂ ਨਾਨਕ ਦੇ ਜ਼ੁਲਮ ਕੀਤਾ ਤੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਵੀ ਲਾਹੌਰ ਦੇ ਵਿੱਚ ਹੀ ਪੈਦਾ ਹੋਏ, ਪਹਿਲਾ ਪਿਆਰਾ ਵੀ ਲਾਹੌਰ ਦੇ ਵਿੱਚ ਪੈਦਾ ਹੋਇਆ। ਇਸੇ ਲਾਹੌਰ ਦੇ ਵਿੱਚ ਇੱਕ ਗੁਰਸਿੱਖ ਪਰਿਵਾਰ, ਗੁਰਸਿੱਖ ਜੋੜਾ ਜਿਹਦਾ ਨਾਂ ਸੀ ਭਾਈ ਹਰਜਸ, ਇਹ ਵੀ ਧਰਮ ਪਤਨੀ, ਇਹਨਾਂ ਨੇ ਦੁਕਾਨਦਾਰੀ ਕਰਨੀ, ਮਿਹਨਤ ਕਰਨੀ, ਮਜ਼ਦੂਰੀ ਕਰਨੀ ਤੇ ਦਸਵੰਧ ਕੱਢਣਾ। ਦਸਵੰਧ ਕੱਢ ਕੇ ਰੱਖੀ ਜਾਣਾ, 1 ਸਾਲ ਦਾ ਜਿੰਨਾ ਵੀ ਇਕੱਠਾ ਹੋਣਾ ਇਹ ਦਸਵੰਧ ਇਕੱਠਾ ਕਰਕੇ ਪਹੁੰਚਣਾ ਕਿੱਥੇ, ਅਨੰਦਪੁਰ ਸਾਹਿਬ ਦੀ ਧਰਤੀ। ਅਨੰਦਪੁਰ ਸਾਹਿਬ ਜਾ ਕੇ 9ਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਇਹ ਦਸਵੰਧ ਅਰਪਣ ਕਰਨਾ, ਤੇ ਇਹ ਨਹੀਂ ਮੰਗ ਮੰਗਣੀ ਆ ਗੁਆਂਢੀਆਂ ਦੀ ਜ਼ਮੀਨ ਮੇਰੀ ਬਣ ਜਾਵੇ,
ਗੁਆਂਢੀਆਂ ਨਾਲੋਂ ਕੋਠੀ ਮੇਰੀ ਵੱਡੀ ਹੋਵੇ, ਇਹ ਗੁਆਂਢੀਆਂ ਦੇ ਮਕਾਨ ਢਹਿ ਜਾਣ ਮੇਰੇ ਵਰ ਜਾਣ, ਇਹ ਨਹੀਂ ਅਰਦਾਸ ਕਰਨੀ। ਅੱਜ ਤਾਂ ਅਸੀਂ ਜੇ ਗੁਰੂ ਘਰ ਦਿਨ ਦੇ ਵਿੱਚ ਚਾਰ ਵਾਰ ਜਾਈਏ ਨਾ ਤੇ ਸਾਡੀ ਅਰਦਾਸ ਨਵੀਂ ਨਵੀਂ ਹੁੰਦੀ ਹੈ। ਜਾ ਕੇ ਇੱਕ ਰੁਪਈਆ ਗੋਲਕ ਵਿੱਚ ਪਵਾਂਗੇ ਤੇ ਕਵਾਂਗੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਕੈਨੇਡਾ ਦਾ ਵੀਜ਼ਾ ਲਵਾ ਦੇ। ਜੈਂਟ 10 ਲੱਖ ਮੰਗੇ, 20 ਲੱਖ ਮੰਗੇ ਉਹਨੂੰ ਦੇ ਦੇਣਾ ਤੇ ਗੁਰੂ ਦੀ ਗੋਲਕ ਵਿੱਚ 1 ਰੁਪਈਏ ਕਹਿਣਾ ਵੀ ਤੂੰ 1 ਰੁਪਈਏ 'ਚ ਲਾ ਦੇ। ਪਰ ਕੋਈ ਗੱਲ ਨੀ, ਮਹਾਰਾਜ ਕਿਤੇ ਪੈਸਿਆਂ ਦਾ ਨੀ ਭੁੱਖਾ, ਇੱਥੇ ਤਾਂ ਤੁਸੀਂ ਰੁਪਈਆ ਨਾਮ ਹੀ ਨਾ ਟੇਕੋ, ਮਨ ਦੀ ਸ਼ਰਧਾ ਰੱਖ ਕੇ ਸਰੀਰ 'ਚ ਲਾ ਲਿਓ, ਅਰਦਾਸ ਤਾਂ ਤੁਹਾਡੀ ਤਾਂ ਵੀ ਪ੍ਰਵਾਨ ਹੋ ਜਾਂਦੀ। ਤੇ ਕਈ ਵਾਰ ਅਰਦਾਸ ਕਰਕੇ ਅਸੀਂ ਮੰਗ ਲੈਂਦੇ ਹਾਂ ਵੀ ਸਾਰੇ ਪਿੰਡ ਨਾਲੋਂ ਪੈਸਾ ਮੇਰੇ ਕੋਲ ਹੀ ਜ਼ਿਆਦਾ ਹੋਵੇ, ਜ਼ਮੀਨ ਸਭ ਤੋਂ ਜ਼ਿਆਦਾ ਮੇਰੇ ਕੋਲ ਹੋਵੇ, ਕੋਠੀ ਸਾਰੇ ਪਿੰਡ 'ਚੋਂ ਉੱਚੀ ਹੋਵੇ। ਤੇ ਸਤਿਗੁਰੂ ਕਹਿੰਦੇ ਨੇ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ, ਜੋ ਮੰਗੀਏ ਮਿਲ ਜਾਂਦਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਓਏ ਪਿਆਰਿਆ, ਜੇ ਤੂੰ ਇਹਦੇ ਨਾਲੋਂ ਕਿਤੇ ਰੱਬ ਮੰਗ ਲਵੇ ਨਾ ਤੇ ਫਿਰ ਇਹ ਦਾਤਾ ਮੰਗਣ ਦੀ ਲੋੜ ਨਹੀਂ। ਸਤਿਗੁਰੂ ਕਹਿੰਦੇ ਨੇ ਵਿਣ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੋ ਨਾਨ ਸੰਤੋਖੀਆ ਉਤਰੈ ਮਨ ਦੀ ਭੁੱਖ, ਜੇ ਕਿਤੇ ਰੱਬ ਆ ਜਾਵੇ। ਹੁਣ ਆਪਾਂ ਕਈ ਵਾਰ ਘਰਾਂ ਦੇ ਵਿੱਚ ਦੇਖਦੇ ਹਾਂ ਨਾ ਕਿਤੇ ਮਾਂ ਤੇ ਪਿਤਾ ਬੈਠੇ ਹੋਣ, ਕਦੀ ਅੱਜ ਤੱਕ ਤੁਸੀਂ ਬੈਠੇ ਨਾ ਬਜ਼ੁਰਗ, ਕਦੀ ਕਿਸੇ ਪੁੱਤਰ ਨੂੰ ਮੰਗਣ ਦੀ ਲੋੜ ਪੈਂਦੀ ਹੈ ਜੇ ਆਗਿਆ ਕਰੋਗੇ? ਜੇ ਪਿਤਾ ਕਵੇ ਨਾ ਜਾ ਬੇਟਾ ਜਾ ਕੇ ਖੇਤ ਵੱਲ ਗੇੜਾ ਮਾਰ ਕੇ ਆ ਤੇ ਪੁੱਤਰ ਕਹਿ ਦੇਵੇ ਸੱਤ ਬਚਨ ਤੇ ਉਹਦੇ ਕੋਲ ਫਿਰ ਪਿਤਾ ਨੂੰ ਮੰਗਣ ਦੀ ਲੋੜ ਨਹੀਂ ਪੈਂਦੀ। ਪਿਤਾ ਨੂੰ ਪਤਾ ਹੁੰਦਾ ਵੀ ਮੇਰੇ ਪੁੱਤਰ ਨੂੰ ਕਿਹੜੀ ਜ਼ਰੂਰਤ ਹੈ। ਤੇ ਧੀ ਹੋਵੀ ਮਾਂ ਦੀ ਆਗਿਆ ਕਰ ਤੇ ਮੰਗਣਾ ਧੀ ਨੂੰ ਵੀ ਨਹੀਂ ਪੈਂਦਾ, ਮਾਂ ਨੂੰ ਪਤਾ ਹੁੰਦਾ ਮੇਰੀ ਧੀ ਨੂੰ ਕਿਸ ਵਸਤੂ ਦੀ ਜ਼ਰੂਰਤ ਹੈ। ਮੰਗਣਾ ਉਹਨੂੰ ਪਵੇਗਾ ਜਿਹੜਾ ਨਾ ਮਾਂ ਦੀ ਗੱਲ ਮੰਨਦਾ ਹੋਵੇ ਨਾ ਪਿਤਾ ਦੀ ਗੱਲ ਮੰਨਦਾ ਹੋਵੇ, ਆਗਿਆ ਵਿੱਚ ਰਹਿਣਾ ਪਵੇ। ਤੇ ਜਿਹੜਾ ਰੱਬ ਦਾ ਹੋ ਜਾਵੇ ਤੇ ਰੱਬ ਕੋਲੋਂ ਵੀ ਨਹੀਂ ਮੰਗਣਾ ਪੈਂਦਾ, ਰੱਬ ਨੂੰ ਵੀ ਪਤਾ ਹੈ ਵੀ ਅੱਜ ਮੇਰੇ ਪਿਆਰੇ ਨੂੰ ਕਿਹੜੀ ਚੀਜ਼ ਜ਼ਰੂਰਤ ਹੈ, ਆਪਣੇ ਆਪ ਹੀ ਮਿਲ ਜਾਂਦੀ ਹੈ। ਤੁਸੀਂ ਕਿਸੇ ਪ੍ਰਤਿਆਵਾ ਕਰਕੇ ਵੇਖ ਲਓ ਰੱਬ